ਸਤਿ ਸ਼੍ਰੀ ਅਕਾਲ ਜੀ ਪੰਜਾਬ ਮੇ ਲਈ OS TV ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਹਰਸਿਮਰਨ ਬਾਜਵਾ ਤੇ ਲੈ ਕੇ ਆਇਆ ਨਾ ਇੱਕ ਨਵਾਂ ਪ੍ਰੋਗਰਾਮ ਦੇਸ਼ ਪਰਦੇਸ ਇਸ ਵਿੱਚ ਵਿਦੇਸ਼ਾਂ ਵਿੱਚ ਹੋ ਰਹੀਆਂ ਘਟਨਾਵਾਂ ਖਬਰਾਂ ਤੇ ਹੋਰ ਜੋ ਵੀ ਜਾਣਕਾਰੀ ਚਾਹੀਦੀ ਹੋਵੇ ਉਹਦੇ ਬਾਰੇ ਅਸੀਂ ਚਰਚਾ ਕਰਾਂਗੇ ਤਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਬਾਰੇ ਚਰਚਾ ਕਰਾਂਗੇ ਅਸੀਂ ਗੁਰਜੇਤੇਂਦਰ ਸਿੰਘ ਰੰਦਾਵਾ ਜੀ ਉਹਨਾਂ ਦਾ ਸਵਾਗਤ ਕਰੀਏ ਉਹਨਾਂ ਦੇ ਆਪਣੇ ਹੀ ਚੈਨਲ ਤੇ ਅ ਪਹਿਲਾਂ ਤਾਂ ਹਰਸਿਮਰਨ ਤੁਹਾਡਾ ਥੈਂਕ ਯੂ ਮੈਨੂੰ ਆਪਣੇ ਹੀ ਚੈਨਲ ਤੇ ਮੈਨੂੰ ਸਵਾਗਤ ਕਰਨ ਤੇ ਖੁਸ਼ੀ ਦੀ ਗੱਲ ਆ ਕਿ ਹਰ ਸਿਮਰਨ ਸਾਡੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਆ ਕਿਉਂਕਿ ਜਦੋਂ ਦਾ ਅਖਬਾਰ ਪੰਜਾਬ ਮਿਲ ਯੂਐਸਏ ਨਿਊਜ਼ਪੇਪਰ ਜਿਵੇਂ ਕਿ ਟੀਵੀ ਤੋਂ ਪਹਿਲਾਂ ਸਾਡਾ ਅਖਬਾਰ ਹੁੰਦਾ ਸੀ ਤੇ ਹੁਣ ਵੀ ਹੈਗਾ ਤੇ ਪਹਿਲੇ ਦਿਨ ਤੋਂ ਹਰ ਸਿਮਰਨ ਜਿਹੜੀ ਆ ਇਹ ਸਾਡੇ ਅਦਾਰੇ ਨਾਲ ਜੁੜੀ ਹੋਈ ਆ ਇਹ ਮੈਨੇਜਰ ਵੀ ਆ ਇਹਦੇ ਬਗੈਰ ਐਂ ਲੱਗਦਾ ਕਿ ਸਾਡਾ ਜਿਹੜਾ ਅਖਬਾਰ ਆ ਜਾਂ ਟੀਵੀ ਆ ਉਹ ਅਧੂਰਾ ਹੈ ਕਿਉਂਕਿ ਸਾਡੀਆਂ ਦੋ ਬ੍ਰਾਂਚੇਸ ਆ ਇਹ ਹੈੱਡ ਆਫਿਸ ਆ ਜਿੱਥੇ ਅੱਜ ਬੈਠੇ ਆ ਅ ਦੂਜਾ ਜਿਹੜਾ ਆਪਣਾ ਆਫਿਸ ਉਹ ਜਲੰਧਰ ਜਿੱਥੇ ਬਾਕੀ ਦਾ ਸਟਾਫ ਜਿਹੜਾ ਉੱਥੋਂ ਆਪਾਂ ਆਪਰੇਟ ਕਰਦੇ ਆਂ ਤੇ ਪ੍ਰੋਗਰਾਮ ਜਿਹੜੇ ਹੈਗੇ ਜਿੰਨੇ ਵੀ ਆਪਣੇ ਪੰਜਾਬ ਮੈਲ ਟੀਵੀ ਤੇ ਇਸ ਵੇਲੇ ਚੱਲ ਰਹੇ ਆ ਉਹ ਸਾਰੇ ਆਪਣੇ ਜਲੰਧਰ ਸਟੂਡੀਓ ਤੋਂ ਆਪਰੇਟ ਹੁੰਦੇ ਆ ਅ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਇਸ ਵੇਲੇ ਬੜੇ ਕਾਮਯਾਬੀ ਨਾਲ ਚੱਲ ਰਹੇ ਆ ਜਿਨ੍ਹਾਂ ਵਿੱਚ ਜਿਹੜੀਆਂ ਖਬਰ ਨਿਊਜ਼ ਬਲਿਟਨਸ ਆ ਉਹ ਆਪਾਂ ਦਿਨੇ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਉਹਦੇ ਵਿੱਚ ਵੀ ਹੁੰਦੀਆਂ ਪਰ ਉਹ ਰੈਗੂਲਰ ਜਿਹੜੀਆਂ ਨਿਊਜ਼ ਆ ਉਹ ਹੁੰਦੀਆਂ ਜਿਸ ਤਰ੍ਹਾਂ ਆਮ ਨਿਊਜ਼ ਰੀਡਰ ਆਪਣੇ ਨਿਊਜ਼ ਪੜ੍ਹਦੇ ਆ ਉਸੇ ਹਿਸਾਬ ਨਾਲ ਉਹ ਜਿਹੜੀਆਂ ਖਬਰਾਂ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਜੋ ਟ੍ਰੈਡੀਸ਼ਨਲ ਹੁੰਦਾ ਉਸ ਤੋਂ ਇਲਾਵਾ ਗੀਤ ਸੰਗੀਤ ਵੀ ਹੁੰਦਾ ਟਾਕ ਸ਼ੋਅ ਵੀ ਹੁੰਦੇ ਆ ਬਹੁਤ ਸਾਡੇ ਵਧੀਆ-ਵਧੀਆ ਜਿਹੜੇ ਐਂਕਰਸ ਆ ਉਹ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਪੇਸ਼ ਕਰਦੇ ਆ ਬਹੁਤ ਸਾਰੇ ਗੈਸਟ ਜਿਹੜੇ ਬੜੇ ਚਾਹੇ ਉਹ ਲੀਡਰ ਰਾਜਨੀਤਿਕਾਂ ਕਹਿੰਦਾ ਭਾਵੇਂ ਚਾਹੇ ਉਹ ਕਲਚਰਲ ਚਾਹੇ ਉਹ ਧਾਰਮਿਕ ਖੇਤਰ ਚੋਂ ਚਾਹੇ ਖੇਡਾਂ ਦੇ ਖੇਤਰ ਚੋਂ ਕੋਈ ਵੀ ਖੇਤਰ ਹੋਵੇ ਸਾਡਾ ਜਾਂ ਚਾਹੇ ਇਕਨੋਮਿਸਟ ਚਾਹੇ ਡਾਕਟਰ ਚਾਹੇ ਵਕੀਲ ਬਹੁਤ سارے ਪ੍ਰੋਗਰਾਮ ਜਿਹੜੇ ਆ ਆਪਾਂ ਆਲਰੇਡੀ ਉਹ ਪੇਸ਼ ਕਰ ਰਹੇ ਆ ਕਿਉਂਕਿ ਆਪਾਂ ਪਰਦੇਸਾਂ ਵਿੱਚ ਰਹਿੰਦੇ ਆ ਤੇ ਪਰਦੇਸਾਂ ਵਿੱਚ ਰਹਿਣ ਲਈ ਸਾਨੂੰ ਜਿਹੜਾ ਉਹ ਇੱਥੋਂ ਦੀ ਜਿਹੜੀ ਰਗ ਉਹ ਫੜਨੀ ਬਹੁਤ ਜ਼ਰੂਰੀ ਸੀ ਖਬਰਾਂ ਤਾਂ ਆਪਾਂ ਦੇ ਰਹੇ ਸੀ ਉਹਨਾਂ ਨੂੰ ਆਲਰੇਡੀ ਦਿੰਦੇ ਸੀ ਪਰ ਆਪਾਂ ਇਹ ਸੋਚਿਆ ਕਿ ਕਿਉਂ ਨਾ ਆਪਾਂ ਪ੍ਰਦੇਸ਼ਾਂ ਦੀਆਂ ਜਿਹੜੀਆਂ ਇੱਥੇ ਵਾਪਰ ਰੀਆਂ ਘਟਨਾਵਾਂ ਇੱਥੋਂ ਦੀਆਂ ਖਬਰਾਂ ਇੱਥੋਂ ਦੇ ਨਵੇਂ ਕਾਨੂੰਨ ਵੀ ਕਈ ਵਾਰ ਆਂਦੇ ਉਹਦੇ ਕੋਈ ਨਵੀਂ ਨਿਊਜ਼ ਹੁੰਦੀ ਹੈ ਉਹ ਵੀ ਆਪਾਂ ਸ਼ੇਅਰ ਕਰ ਸਕਦੇ ਹਾਂ ਆਪਣੇ ਦਰਸ਼ਕਾਂ ਨਾਲ ਤੇ ਉਹ ਵੀ ਆਪਾਂ ਇਸ ਪ੍ਰੋਗਰਾਮ ਵਿੱਚ ਕਰਾਂਗੇ ਤੇ ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਉਹ ਇਸ ਪ੍ਰੋਗਰਾਮ ਨੂੰ ਪਸੰਦ ਕਰਨਗੇ ਤੇ ਹਰ ਸਿਮਰਨ ਤੁਸੀਂ ਸਭ ਤੋਂ ਪਹਿਲਾਂ ਕੀ ਅੱਜ ਸਾਨੂੰ ਪੁੱਛਣਾ ਚਾਹੁੰਦੇ ਹੋ ਆਪਣਾ ਇੱਕ ਅੱਜਕੱਲ ਜਿਹੜਾ ਮਹਾਮਾਰੀ ਚੱਲ ਰਹੀ ਹੈ ਕੋਵਿਡ ਉਨੇ ਦੁਨੀਆ ਬਦਲ ਕੇ ਰੱਖ ਦਿੱਤੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਦੇਖੋ ਇਹ ਮਹਾਮਾਰੀ ਹਰਸਿਵਰਨ ਬਹੁਤ देर ਬਾਅਦ ਆਈ ਹੈ ਇਸ ਤਰ੍ਹਾਂ ਦੀ ਮਹਾਮਾਰੀ ਕੋ ਬਹੁਤ ਸਾਰੀਆਂ ਮਹਾਮਾਰੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ ਚਾਹੇ ਪਲੇਗ ਸੀ ਚਾਹੇ ਚੇਚਕ ਸੀ ਜਾਂ ਹੋਰ ਵੀ ਜਿਹੜੀਆਂ ਬਿਮਾਰੀਆਂ ਉਹ ਸਮੇਂ-ਸਮੇਂ ਤੇ ਆਉਂਦੀਆਂ ਰਹੀਆਂ ਕਿਸੇ ਨੇ ਇਹ ਵੀ ਨਹੀਂ ਸੋਚਿਆ ਸੀਗਾ ਕਿ ਅੱਜ ਕੱਲ ਦੇ ਸਾਇੰਸ ਦੇ ਜਮਾਨੇ ਵਿੱਚ ਇਹ ਬਿਮਾਰੀ ਜਿਹੜੀ ਆ ਉਹ ਸਾਨੂੰ ਚੰਬੜੂਗੀ ਤੇ ਇੰਨੀ ਜ਼ਿਆਦਾ ਸਪਰੈਡ ਹੋ ਜੂਗੀ ਕਿ ਦੁਨੀਆ ਦਾ ਜਿਹੜਾ ਜਿਹੜਾ ਦੁਨੀਆ ਭਰ ਚ ਜਿਹੜਾ ਇਹਦਾ ਫਲਾਵ ਹੋ ਜਾਏਗਾ ਸ਼ਾਇਦ ਹੀ ਮੇਰਾ ਖਿਆਲ ਕੋਈ ਕੰਟਰੀ ਹੋਊਗਾ ਜਿਹਦੇ ਵਿੱਚ ਇਹ ਇਹਨੇ ਆਪਣਾ ਜਿਹੜਾ ਪੈਰ ਨਾ ਪਸਾਰਿਆ ਹੋਵੇ ਹੁਣ ਸੁਣਨ ਚ ਆਇਆ ਕਿ 3 ਮਿਲੀਅਨ ਜਿਹੜੇ ਲੋਕ ਆ ਉਹ ਹੁਣ ਤੱਕ ਇਹਦੇ ਨਾਲ ਮਾਰੇ ਜਾ ਚੁੱਕੇ ਆ ਤੇ ਸਾਡੇ ਅਮਰੀਕਾ ਵਿੱਚ ਵੀ ਲੱਖਾਂ ਦੇ ਹਿਸਾਬ ਨਾਲ ਜਿਹੜੇ ਲੋਕ ਆ ਉਹ ਇਸ ਦਾ ਸ਼ਿਕਾਰ ਹੋ ਚੁੱਕੇ ਆ ਨਿਊਯਾਰਕ ਤੋਂ ਸਭ ਤੋਂ ਪਹਿਲਾਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀ ਇਸ ਕੋਸਟ ਤੋਂ ਸ਼ੁਰੂ ਹੋਈਆਂ ਸੀ ਬਹੁਤਾਰੇ ਉਹਨਾਂ ਇਸ ਤਰ੍ਹਾਂ ਸੀਗਾ ਕਿ ਕੋਈ ਮੰंजे ਵੀ ਜਿਹੜੇ ਬੈੱਡ ਹਸਪਤਾਲਾਂ ਦੇ ਉਹ ਵੀ ਸ਼ਾਰਟ ਹੋ ਗਏ ਸੀ ਤੇ ਉਸ ਤੋਂ ਬਾਅਦ ਦਵਾਈਆਂ ਵੀ ਜਿਹੜੀ ਅਸੀਂ ਉਹ ਹੈ ਨਹੀਂ ਸੀ ਕਿਉਂਕਿ ਪਤਾ ਹੀ ਨਹੀਂ ਸੀ ਬਿਗਨਿੰਗ 'ਚ ਕਿ ਇਹ ਬਿਮਾਰੀ ਕੀ ਆ ਬਿਮਾਰੀ ਦਾ ਪਤਾ ਹੁਣ ਕਰਕੇ ਤੇ ਇਹਦਾ ਕੋਈ ਇਲਾਜ ਵੀ ਨਹੀਂ ਸੀਗਾ ਤੇ ਇਹਦੀ ਕੋਈ ਵੈਕਸੀਨ ਨਹੀਂ ਸੀ ਬੜੀ ਹਾਹਾਕਾਰ ਜਿਹੜੀ ਸੀ ਨਾ ਉਹ ਵਰਲਡ ਵਾਈਡ ਜਿਹੜੀ ਉਹ ਮਚ ਗਈ ਸੀ ਤੇ ਕਈਆਂ ਨੇ ਤਾਂ ਇਹਨੂੰ ਮਖੌਲ ਸਮਝਿਆ ਪਹਿਲਾਂ ਪਹਿਲਾਂ ਵੀ ਇਹ ਪਤਾ ਨਹੀਂ ਰਾਜਨੀਤਿਕ ਚੱਲ ਰਹੀ ਆ ਜਾਂ ਕੋਈ ਇਸ ਤਰ੍ਹਾਂ ਕੋਈ ਹੋਰ ਕੋਈ ਕਿਸੇ ਦਾ ਪਲਾਨ ਆ ਕਿਸੇ ਨੂੰ ਵੀ ਹਾਲੇ ਤੱਕ ਇਹ ਜਿਹੜੀ ਮਿਸਟਰੀ ਆ ਉਹ ਸਮਝ ਨਹੀਂ ਆ ਸਕੀ ਬਹੁਤ ਸਾਰੇ ਜਿਹੜੇ ਮੂਲਕ ਉਹਨਾਂ ਨੇ ਇਹਦੀ ਵੈਕਸੀਨ ਲਈ ਆਪਣੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਤੇ ਹੁਣ ਵੈਕਸੀਨਸ ਜਿਹੜੀਆਂ ਅਮਰੀਕਾ ਚ ਜੇ ਆਪਾਂ ਕਹੀਏ ਕਿ ਉਹ ਨੰਬਰ 1 ਤੇ ਵਰਲਡ ਤੋਂ ਚੱਲ ਰਿਹਾ ਜੇ ਬਿਮਾਰੀ ਵੀ ਸਭ ਤੋਂ ਜ਼ਿਆਦਾ ਇੱਥੇ ਹੈਗੀ ਸੀ ਤੇ ਵੈਕਸੀਨ ਜਿਹੜੀਆਂ ਉਹ ਤਿੰਨ ਤਰ੍ਹਾਂ ਦੀਆਂ ਤੁਹਾਨੂੰ ਪਤਾ ਵੀ ਵੈਕਸੀਨ ਦਾ ਇੱਥੇ ਆਲਰੇਡੀ ਲਾਂਚ ਹੋ ਚੁੱਕੀਆਂ ਹੁਣ ਕੀ ਹੋਇਆ ਵੈਕਸੀਨ ਆਉਣ ਤੋਂ ਬਾਅਦ ਆਪਣਾ ਜਿਹੜਾ ਇੱਥੇ ਕੋਵਿਡ ਦਾ ਜਿਹੜਾ ਕੈਰ ਅਮਰੀਕਾ 'ਚ ਖਾਸ ਕਰਕੇ ਜਿਹੜਾ ਉਹ ਬਹੁਤ ਥੱਲੇ ਆ ਗਿਆ ਉਹਦੀ ਜਿਹੜੀ ਰੇਸ਼ਿਓ ਆ ਕਾਫੀ ਘਟ ਗਈ ਐ 50% ਕਹਿੰਦੇ ਆ ਕਿ ਲੋਕਾਂ ਨੂੰ ਵੈਕਸੀਨ ਜਿਹੜੀ ਆ ਆਲਰੇਡੀ ਉਹ ਲੱਗ ਚੁੱਕੀ ਆ ਤੇ ਦੂਜੀ ਵੀ ਬਹੁਤ ਜਲਦੀ ਕਿਉਂਕਿ ਹੁਣ ਓਪਨ ਹੋ ਗਈ ਆ ਅਬਵ 16 16 ਇਅਰਸ ਜਿਹੜਾ ਹੈਗਾ 16 ਸਾਲ ਤੋਂ ਉੱਪਰ ਕੋਈ ਵੀ ਕਿਸੇ ਦੀ ਵੀ ਉਮਰ ਆ ਉਹ ਆਪਣੀ ਜਿਹੜੀ ਵੈਕਸੀਨ ਆ ਉਹ ਲਵਾ ਸਕਦਾ ਅਪਾਇੰਟਮੈਂਟ ਬਣਾਓ ਤੇ ਬਹੁਤ ਜਲਦੀ ਵੀ ਅਪਾਇੰਟਮੈਂਟ ਜੜੀ ਆ ਉਹ ਮਿਲ ਜਾਂਦੀ ਆ ਤੇ ਅਸੀਂ ਖੁਦ ਜਾ ਕੇ ਵੀ ਦੇਖਿਆ ਪੰਜਾਬ ਮੇਲ ਦੀ ਟੀਮ ਲੈ ਕੇ ਗਏ ਸੀਗੇ ਉੱਥੇ ਕੋਈ ਲਾਈਨਸ ਨਹੀਂ ਲੱਗੀਆਂ ਹੁੰਦੀਆਂ ਹਨ ਤੁਸੀਂ ਇਹ ਹੈਗਾ ਵੀ ਜੇ ਤੁਹਾਡੀ ਅਪਾਇੰਟਮੈਂਟ ਹੈਗੀ ਆ ਤੁਸੀਂ ਸਿੱਧਾ ਅੰਦਰ ਜਾਣਾ ਉੱਥੇ ਵੈਕਸੀਨ ਲਵਾਓ ਤੇ 15 ਮਿੰਟ ਦੀ ਵੇਟਿੰਗ ਆ ਉੱਥੇ ਵੇਟਿੰਗ ਤਾਂ ਕਰਾਉਂਦੇ ਆ ਕਿ ਉੱਥੇ ਕੋਈ ਉਹਦਾ ਰਿਐਕਸ਼ਨ ਨਾ ਹੋ ਜਾਏ ਕੋਈ ਉਹ ਦੇਖਣਾ ਹੁੰਦਾ ਪਰ ਖੁਸ਼ੀ ਦੀ ਗੱਲ ਇਹ ਆ ਕਿ ਹਾਲੇ ਤੱਕ ਜਿਹੜਾ ਇਹਦਾ ਰਿਐਕਸ਼ਨ ਦਾ ਕੋਈ ਵੀ ਜਿਹੜਾ ਅਸਰ ਦੇਖ ਨੂੰ ਨਹੀਂ ਮਿਲਿਆ ਕਿਤੇ ਵੀ ਚਲੋ 2 ਚਾਂਸ ਹੋਊਗਾ ਕਿਸੇ ਦੀ ਕੋਈ ਹੋਰ ਪ੍ਰੋਬਲਮਸ ਹੁੰਦੀਆਂ ਕਈ ਵਾਰੀ ਤੇ ਇੰਟਰਨਲ ਪਹਿਲਾਂ ਹੀ ਬਿਮਾਰੀਆਂ ਹੁੰਦੀਆਂ ਉਹ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਕਦੇ ਵੀ ਕਿ ਕੀ ਹੋ ਜਾਣਾ ਪਰ ਫਿਰ ਵੀ ਜਿਹੜਾ ਇਹ ਕਾਫੀ ਕਯਰ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਲਦ ਤੋਂ ਜਲਦ ਜਿਹੜੀ ਆ ਹੁਣ ਉਹ ਰਿਐਕਸ਼ਨ ਵੱਲ ਨੂੰ ਹੋ ਗਏ ਆ ਹੁਣ ਆਪਾਂ ਅਗਲੀ ਗੱਲ ਜੇ ਇਹਦੇ ਬਾਰੇ ਕਰੀਏ ਤੇ ਇਹ ਆ ਕਿ ਜਿਹੜਾ ਇਹਦਾ ਇਹਦੇ ਨਾਲ ਜਿਹੜਾ ਬਿਜ਼ਨਸ ਹੈ ਉਹ ਕਾਫੀ ਪ੍ਰਭਾਵਿਤ ਹੋਇਆ ਕੱਲਾ ਅਮਰੀਕਾ ਚ ਨਹੀਂ ਵਰਲਡ ਵਾਈਡ ਹੋਇਆ ਤੇ ਉਹਦੇ ਨਾਲ 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 ਹੀ ਜਿਹੜਾ ਜਿਹੜੀਆਂ ਫਲਾਈਟਸ ਆਪਾਂ ਉਹਦਾ ਵੀ ਜਕਰ ਕਰੀਏ ਉਹ ਵੀ ਬੰਦ ਆ অলਮੋਸਟ ਸਿਰਫ ਉਹ ਫਲਾਈਟਸ ਚੱਲ ਰਹੀਆਂ ਜਿਹੜੀਆਂ ਉਸ ਕੰਟਰੀ ਨਾਲ ਰਿਲੇਟਡ ਆ ਬੰਦਾ ਜਿੱਥੇ ਰਹਿੰਦਾ ਜਿਸ ਤਰ੍ਹਾਂ ਫਰਜ ਕੀਤਾ ਇੱਕ ਆਪਾਂ ਇੰਡੀਆ ਤੋਂ ਇੰਡੀਆ ਤੋਂ ਇੰਡੀਅਨ 에ਅਰ ਇੰਡੀਆ ਜਿਹੜੀ ਆ ਫਲਾਈਟ ਉਹ ਚੱਲ ਰਹੀ ਆ ਤੇ ਜਾਂ ਅਮਰੀਕਾ ਨੇ ਆਪਣੀ ਜਿਹੜੀ ਆ ਯੂਨਾਈਟਿਡ 에ਅਰਲਾਈਨ ਉੱਡ ਚਲਾਈ ਹੋਈਆਂ ਦੋ ਹੀ ਫਲਾਈਟਸ ਜਾ ਰਹੀਆਂ ਤੇ ਉਹ ਬਹੁਤ ਐਮਰਜੈਂਸੀ ਜਿਹਨਾਂ ਨੇ ਜਾਣਾ ਹੁੰਦਾ ਉਹਨਾਂ ਨੂੰ ਉੱਥੇ ਜਾਣ ਦਿੱਤਾ ਜਾਂਦਾ ਇਸ ਦੇ ਨਾਲ ਨਾਲ ਜੇ ਹੁਣ ਆਪਾਂ ਗੱਲ ਕਰੀਏ ਥੋੜਾ ਜਿਹਾ ਆਪਾਂ ਟਰੈਵਲ ਦੀ ਗੱਲ ਕਰ ਲੈਂਦੇ ਆ ਟਰੈਵਲ ਦੀ ਗੱਲ ਇਹ ਹੈਗੀ ਆ ਕਿ ਜਿਹੜਾ ਬਾਈਅਰ ਦੀ ਟਰੈਵਲ ਉਹਦੇ ਲਈ ਜਿਹੜੇ ਇੰਡੀਆ ਜਾਣਾ ਫਰਜ਼ ਕੀਤਾ ਇੰਡੀਆ ਵਾਲਿਆਂ ਨੇ ਉਹਨਾਂ ਨੇ ਕੀਤਾ ਹੋਇਆ ਰਿਕੁਆਇਰਮੈਂਟ ਕਿ ਤੁਸੀਂ ਆਪਣਾ ਜਿਹੜਾ 네ਗੇਟਿਵ ਟੈਸਟ ਜਿਹੜਾ ਉਹ ਕਰਵਾਓ ਤੇ ਨੈਗੇਟਿਵ ਟੈਸਟ ਕਰਾ ਕੇ ਤੇ ਉਹ ਉਹ ਆਉਣਾ ਜ਼ਰੂਰੀ ਹੈ ਕੋਵਿਡ ਦਾ ਹਾਂ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਜਿਹੜਾ ਹੈਗਾ ਕਿ ਉਧਰੋਂ ਵੀ ਜਦੋਂ ਆਣਾ ਉਹਦਾ ਵੀ ਉਹਨਾਂ ਨੇ ਇੱਧਰ ਵਾਲਿਆਂ ਨੇ ਕੀਤਾ ਹੋਇਆ ਹੈ ਕਿ ਉਧਰੋਂ ਨੈਗੇਟਿਟਿਵ ਜਿਹੜਾ ਟੈਸਟ ਕਰਾ ਕੇ ਆਓ ਇਹ ਬੜੀ ਵਧੀਆ ਗੱਲ ਹੈ ਚੰਗੀ ਗੱਲ ਹੈ ਜੇ ਤੁਸੀਂ ਨੈਗੇਟਿਵ ਕਰਾ ਕੇ ਜਾਂਦੇ ਹੋ ਤੁਹਾਨੂੰ ਕੋਈ ਡਰ ਨਹੀਂ ਇੱਕ ਤਾਂ ਤੁਸੀਂ ਟੈਸਟ ਤੁਹਾਡਾ ਹੋ ਜਾਂਦਾ ਪਲੱਸ ਜਿਹੜਾ ਹੈਗਾ ਕਿ ਤੁਹਾਨੂੰ ਜਹਾਜ਼ 'ਚ ਵੀ ਕੋਈ ਵੀ ਕਿਸੇ ਨੂੰ ਵੀ ਕੋਈ ਇਹ ਡਿਸੀਜ਼ ਹੋ ਸਕਦੀ ਹੈ ਜੋ ਉਸ ਤੋਂ ਵੀ ਤੁਹਾਨੂੰ ਵੀ ਆ ਸਕਦੀ ਹੈ ਤੁਸੀਂ ਇੰਨੇ ਘੰਟੇ ਉਹਨਾਂ ਨਾਲ ਬੈਠਣਾ ਤੇ ਉਸ ਕਰਕੇ ਤੇ ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੀ ਜਿਹੜੀ ਕੋਵਿਡ ਟੈਸਟੋ ਕਰਵਾਉਣਾ ਚਾਹੀਦਾ ਜਾਨ ਤੋਂ ਕਿੰਨੀ ਵੇਰ ਪਹਿਲਾਂ ਇਹ ਹਾਂ 72 ਆਵਰਸ ਦਾ ਰეკਮੈਂਡੇਸ਼ਨ ਹੈਗੀ ਆ ਵੀ ਉਹ ਜਿਹੜਾ 72 ਆਵਰ ਤੋਂ ਤੁਸੀਂ ਆਪਣਾ ਟੈਸਟ ਕਰਵਾਓ ਤੇ ਜਦੋਂ ਟੈਸਟ ਕਰਵਾਉਣਾ ਇਹਨਾਂ ਵੀ ਟੈਸਟ ਕਰਵਾ ਕੇ ਤੁਸੀਂ ਉਹਦੀ ਰਿਪੋਰਟ ਲੈ ਕੇ ਜਾਣੀ ਆ ਜੇ ਤੁਸੀਂ ਇੰਡੀਆ ਜਾ ਰਹੇ ਹੋ ਇੰਡੀਅਨ ਐਮਬੈਸੀ ਵਾਲਿਆਂ ਨੂੰ ਜਿਹੜਾ ਰਿਕੁਆਇਰਮੈਂਟ ਹੈ ਕਿ ਆਪਣਾ ਉਹਨੂੰ ਰਜਿਸਟਰਡ ਕਰਾਓ ਜਿਹੜੀ ਤੁਹਾਡੀ ਜੋ ਵੀ ਰਿਪੋਰਟ ਆਈ ਹੈ ਉਹਨੂੰ ਤੁਸੀਂ ਰਜਿਸਟਰਡ ਕਰਾਉਣਾ ਇਹ ਉਹਨਾਂ ਦਾ ਇੱਕ ਵੈਬਸਾਈਟ ਹੈਗੀ ਆ ਉਹ ਜਿੱਥੋਂ ਵੀ ਤੁਸੀਂ ਟਿਕਟ ਲੈਣੇ ਹੋ ਤੇ ਉਹ ਦੱਸ ਦਿੰਦੇ ਆ ਵੀ ਕਿਹੜੀ ਵੈਬਸਾਈਟ ਹੈ ਤੇ ਉਹ ਵੈਬਸਾਈਟ ਤੇ ਤੁਸੀਂ ਤੁਹਾਨੂੰ ਮਿਲ ਜਾਂਦਾ ਅਥਾਰਟੀ ਲੈਟਰ ਮਿਲ ਜਾਂਦਾ ਇੱਕ ਉਹ ਲੈ ਕੇ ਉਹ ਤੁਹਾਨੂੰ ਜਦੋਂ ਦਿੱਲੀ ਪਹੁੰਚੋਗੇ ਇਹ ਉਹ ਪ੍ਰਿੰਟ ਆਊਟ ਜ਼ਰੂਰ ਕੱਢਣਾ ਖਾਸ ਕਰਕੇ ਇਹ ਮੈਂ ਦੱਸ ਦਵਾਂ ਕਿ ਪ੍ਰਿੰਟ ਆਊਟ ਜ਼ਰੂਰ ਕਰਨਾ ਤੇ ਉਹ ਜਦੋਂ ਉੱਥੇ ਪਹੁੰਚਦੇ ਹੋ ਅਮਰੀਕਾ ਇੰਡੀਆ ਦਿੱਲੀ ਪਹੁੰਚਦੇ ਹੋ ਉੱਥੇ ਤਿੰਨ ਚਾਰ ਥਾਵਾਂ ਤੇ ਤੁਹਾਡਾ ਉਹ ਰਜਿਸਟਰਡ ਹੁੰਦਾ ਉਹਨੂੰ ਦੇਖ ਕੇ ਸਟੈਂਪ ਲਾਈ ਜਾਂਦੀ ਹੈ ਤੁਹਾਡਾ ਬੁਖਾਰ ਵੀ ਉੱਥੇ ਟੈਸਟ ਦੁਆਰਾ ਕੀਤਾ ਜਾਂਦਾ ਕਿ ਤੁਹਾਨੂੰ ਬੁਖਾਰ ਤਾਂ ਨਹੀਂ ਹੈਗਾ ਜੇ ਤੁਹਾਡੇ ਕੋਲ ਹੈਗਾ ਸਰਟੀਫਿਕੇਟ ਉੱਥੇ ਪਹੁੰਚਣ ਦਾ ਉਹਦੇ ਲਈ ਉਹ ਫਿਰ ਤੁਹਾਨੂੰ ਟੈਸਟ ਉਹ ਉੱਥੇ ਜਿਹੜਾ ਰਜਿਸਟਰਡ ਕਰਾ ਗਏ ਤੁਸੀਂ ਫਿਰ ਅੱਗੇ ਜਾ ਸਕਦੇ ਹੋ ਜਾਂ ਅਗਲੀ ਫਲਾਈਟ ਲੈ ਸਕਦੇ ਹੋ ਜਾਂ ਤੁਸੀਂ ਬਾਹਰ ਨਿਕਲ ਸਕਦੇ ਹੋ ਆਦਰਵਾਇਜ਼ ਉੱਥੋਂ ਬਾਹਰ ਨਹੀਂ ਨਿਕਲ ਸਕਦੇ ਹੋ ਨਾ ਚਲੋ ਦੇ ਅਦਰ ਨੂੰ ਤੁਹਾਨੂੰ ਫਿਰ ਉੱਥੇ ਵੀ ਚੈੱਕ ਕਰਾ ਕੇ ਫਿਰ ਉਹਨਾਂ ਦੇ ਹਿਸਾਬ ਨਾਲ ਫਿਰ ਤੁਹਾਨੂੰ ਉੱਥੇ ਰਹਿਣਾ ਵੀ ਪੈ ਸਕਦਾ ਐਸ ਕਰਕੇ ਬੈਟਰ ਹੈ ਕਿ ਤੁਸੀਂ ਆਪਣਾ ਜਿਹੜਾ ਟੈਸਟ ਇੱਥੋਂ ਕਰਾ ਕੇ ਉਹਨੂੰ ਰਜਿਸਟਰਡ ਵੀ ਕਰਾਓ ਇੰਡੀਅਨ ਅੰਬੈਸੀ ਨਾਲ ਇੱਕ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਨੰਬਰ 2 ਫਲਾਈਟਸ ਬਾਰੇ ਜਿਹੜੀ ਗੱਲ ਆ ਜਾਂਦੀ ਆ ਉਹ ਜਿਹੜੇ ਸਿਟੀਜ਼ਨ ਜਿਹੜੇ ਪਹਿਲੇ ਵੀਜ਼ੇ ਲੱਗੇ ਹੋਏ ਸੀ ਉਹਨਾਂ ਦੇ ਟੂਰਿਸਟ ਵੀਜ਼ੇ ਉਹ ਸਾਰੇ ਰਾਈਟ ਨਾਓ ਸਸਪੈਂਡ ਆ ਚਾਹੇ 10-10 ਸਾਲ ਦੇ ਲੱਗੇ ਸੀ ਉਹ ਸਸਪੈਂਡ ਆ ਉਹਦੇ ਤੇ ਕੋਈ ਟਰੈਵਲ ਨਹੀਂ ਕਰ ਸਕਦਾ ਤੇ ਉਹਦੇ ਲਈ ਕੀ ਇਹਨਾਂ ਨੇ ਕੀਤਾ ਹੋਇਆ ਕੋਈ ਅਮਰਜੈਂਸੀ ਹੈ ਕਿਸੇ ਨੂੰ ਜੀ ਉਹ ਸਿਟੀਜ਼ਨ ਹੈਗਾ ਤੇ ਅਮਰਜੈਂਸੀ ਵੀਜ਼ਾ ਲਿਆ ਜਾ ਸਕਦਾ ਕੋਈ ਬਿਮਾਰ ਆ ਕੋਈ ਉੱਥੇ ਡੈਥ ਹੋ ਗਈ ਕਿਸੇ ਦੀ ਜਾਂ ਇਸ ਤਰ੍ਹਾਂ ਕੋਈ ਹੋਰ ਅਮਰਜੈਂਸੀ ਹੈਗੀ ਆ ਉਹਦੇ ਵਿੱਚ ਮਤਲਬ ਤੁਹਾਨੂੰ ਉਹ ਵੀਜ਼ਾ ਦੇ ਦਿੰਦੇ ਆ ਉਹਨੂੰ ਮਤਲਬ ਅਮਰਜੈਂਸੀ ਵੀਜ਼ਾ ਜਿਹੜਾ ਹੈਗਾ ਉਹ ਮਿਲ ਜਾਂਦਾ 6 ਮਹੀਨੇ ਦਾ ਹਾਂਜੀ 6 ਮਹੀਨੇ ਤੁਸੀਂ ਅਪ ਡਾਊਨ ਕਰ ਸਕਦੇ ਹੋ ਨੰਬਰ 2 ਜਿੰਨਾਂ ਕੋਲ ਗ੍ਰੀਨ ਕਾਰਡ ਹੈਗੇ ਆ ਉਹ ਜਾ ਸਕਦੇ ਆ ਉਹ ਅਪ ਡਾਊਨ ਕਰ ਸਕਦੇ ਆ ਗ੍ਰੀਨ ਕਾਰਡ ਵਾਲੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਉਹ ਇੰਡੀਆ ਦੇ ਵੀ ਰਾਈਟਡੈਂਸ ਗਿਣੀ ਜਾਂਦੀ ਹੈ ਤੇ ਅਮਰੀਕਾ ਦੇ ਵੀ ਰਾਈਟਡੈਂਸ ਗਿਣੀ ਉਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਲੈਣੀ ਪੈਂਦੀ ਪਰ ਕੋਵਿਡ ਟੈਸਟ ਜਿਹੜਾ ਉਹ ਸਾਰਿਆਂ ਨੂੰ ਉਹ ਕਰਵਾਉਣਾ ਪੈਂਦਾ ਤੇ ਇਹ ਤੀਜਾ ਨੰਬਰ ਆ ਜਾਂਦਾ ਜੀ ওসিਆਈ ਕਾਰਡ ਵਾਲਾ ওসিਆਈ ਕਾਰਡ ਜਿੰਨਾਂ ਕੋਲ ਹੈਗੇ ਆ ਉਹ ਉਹ ਆ ਜਾ ਸਕਦੇ ਆ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਪਰ ਉਹਦੇ ਵਿੱਚ ਵੀ ਉਹ ਪਿੱਛੇ ਜੇ ਇੱਕ ਇਹਨਾਂ ਨੇ ਨਵਾਂ ਜਿਹੜਾ ਐਮੈਂਡਮੈਂਟ ਕੀਤੀ ਆ ਇੱਕ ਤਾਂ মিডিਆ ਨਾਲ ਰਿਲੇਟਡ ਜਿਹੜੇ ਹੈਗੇ ਆ ਉਹਨਾਂ ਨੂੰ ਜੇ ਉਹਨਾਂ ਨੇ ਜਾ ਕੇ ਕਵਰੇਜ ਕਰਨ ਜੇ ਕਵਰੇਜ ਕਰਨੀ ਆ ਜੇ ਨਹੀਂ ਕਰਨੀ ਫਿਰ ਕੋਈ ਗੱਲ ਨਹੀਂ ਜੇ ਜਾ ਕੇ ਕਵਰੇਜ ਕਰਨੀ ਆ ਉਹਨਾਂ ਨੂੰ ਵੀ ਸਪੈਸ਼ਲ ਜਿਹੜੀ ਐਮਬੈਸੀ ਤੋਂ ਪਰਮਿਸ਼ਨ ਲੈਣੀ ਪਊਗੀ ਅ ਉਸ ਤੋਂ ਅਗਲਾ ਜਿਹੜਾ ਕੁਝ ਹੋਰ ਰਿਲੀਜੀਅਨ ਲੋਕਾਂ ਲਈ ਵੀ ਆ ਜਿਹੜੇ ਪ੍ਰੀਸਟ ਆ ਜੋ ਉਹਨਾਂ ਨੂੰ ਵੀ ਕੋਈ ਇਹਨਾਂ ਨੇ ਨਵਾਂ ਸ਼ੁਰੂ ਕੀਤਾ ਕਿ ਪਰਮਿਸ਼ਨ ਤੋਂ ਬਗੈਰ ਨਹੀਂ ਜਾ ਸਕਦੇ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬੜੀਆਂ ਸਾਨੂੰ ਫਲਾਈਟਸ ਤੋਂ ਜਿਹੜਾ ਪਹਿਲਾਂ ਤੇ ਉਹ ਸਾਨੂੰ ਧਿਆਨ ਵਿੱਚ ਰੱਖਣਿਆ ਜ਼ਰੂਰੀ ਆ ਤਾਂ ਕਿ ਸਾਡੀ ਕੋਈ ਖੱਜਲ ਖਰਾਬੀ ਨਾ ਹੋਵੇ ਅ ਇਥੋਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਲੋਕਾਂ ਨੂੰ ਇਹ ਹੁੰਦਾ ਵੀ ਸਾਡਾ ਤਾਂ ਵੀਜ਼ਾ ਲੱਗਾ 10 ਸਾਲ ਦਾ ਟਿਕਟ ਲੈ ਲੈਂਦੇ ਆ ਜਾਂ ਆਨਲਾਈਨ ਹੀ ਲੈ ਲੈਂਦੇ ਆ ਉਹਨਾਂ ਨੂੰ ਏਜੰਟ ਨਾਲ ਵੀ ਨਹੀਂ ਉਹ ਆਪਣਾ ਡਿਸਕਸ਼ਨ ਕਰਦੇ ਫਿਰ ਉਹ ਕੀ ਹੁੰਦਾ ਕਿ ਉਹ ਜਦੋਂ 에어ਪੋਰਟ ਜਾਂਦੇ ਆ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਵੀ ਇਹ ਤੇ ਜਿਹੜੇ ਵੀਜ਼ੇ ਆ ਟੂਰਿਸਟ ਵੀਜ਼ੇ ਆ ਉਹ ਸਸਪੈਂਡ ਹੋਏ ਆ ਉਹ ਫਿਰ ਅੱਗੇ ਟਰੈਵਲ ਨਹੀਂ ਕਰ ਸਕਦੇ ਬਹੁਤ ਸਾਰੇ ਕੇਸਸ ਜਿਹੜੇ ਆ ਉਹ ਇਸ ਤਰ੍ਹਾਂ ਹੀ ਹੋਏ ਆ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੇ ਇਹ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਬਾਕੀ ਇਹਦੇ ਨਾਲ ਨਾਲ ਹੀ ਆ ਗਵਾਡ ਮੁਲਕ ਜਿਹੜਾ ਆਪਣਾ ਕੈਨੇਡਾ ਉਹਦੇ ਬਾਰੇ ਵੀ ਗੱਲ ਕਰਨੀ ਉਹ ਹੱਲੇ ਬਾਈ ਰੋਡ ਵਾਲਾ ਨਹੀਂ ਖੁੱਲਿਆ ਹੋਇਆ ਤੇ ਜੇ ਤੁਸੀਂ ਉੱਥੇ ਬਾਈਅਰ ਵੀ ਜਾਂਦੇ ਹੋ ਤੁਹਾਨੂੰ 14 ਦਿਨ ਦਾ ਕਵਾਰਨਟਾਈਨ ਜਿਹੜਾ ਉਹ ਕਰਨਾ ਪੈਂਦਾ ਤੇ ਬੈਟਰ ਆ ਵੀ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਕੈਨੇਡਾ ਦਾ ਬਿਲਕੁਲ ਵੀ ਜਾਣ ਦਾ ਸੋਚੋ ਨਾ ਤੇ ਮੈਕਸੀਕੋ ਤੁਸੀਂ ਜਾ ਸਕਦੇ ਹੋ ਵੀ ਆਪਣੀ ਕੋਵਿਡ ਦੀ ਨੈਗੇਟਿਵ ਰਿਪੋਰਟ ਲੈ ਕੇ ਉਹਦੇ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਕੁਝ ਕੰਟਰੀਜ਼ ਹੈਗੇ ਆ ਜਿਨ੍ਹਾਂ ਨੇ ਅਲਾਉ ਕੀਤਾ ਹੋਇਆ ਪਰ ਸਾਰਿਆਂ ਨੇ ਨਹੀਂ ਬਹੁਤ ਥੋੜੇ ਕੰਟਰੀਜ਼ ਆ ਜਿਹੜੇ ਮਤਲਬ ਲਾਉ ਕਰਦੇ ਤੁਹਾਨੂੰ ਉਹ ਕਿਉਂਕਿ ਮੈਕਸੀਕੋ ਮੈਕਸੀਕੋ ਵੀ ਜਿਹੜਾ ਹੈਗਾ ਉਹ ਗੁਆਡਮੋਲਕਾ ਤੇ ਉਹਨਾਂ ਨੇ ਕੋਈ ਆਪਸੀ ਉਹਨਾਂ ਦਾ ਹੈਗਾ ਅ ਕੋਈ ਰਿਲੇਸ਼ਨ ਤੇ ਉਸ ਕਰਕੇ ਇਹਨਾਂ ਨੇ ਮਤਲਬ ਉੱਥੇ ਦਾ ਕੀਤਾ ਹੋਇਆ ਇਹ ਤਾਂ ਟਰੈਵਲ ਬਾਰੇ ਹੈਗਾ ਕੁਝ ਬੈਨ ਹਾਂ ਮੈਂ ਉਸ ਤੋਂ ਪਹਿਲਾਂ ਬੈਨ ਜਿਹੜੇ ਹੈਗੇ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਕਰਦਾ ਕਿ ਖੁਸ਼ਖਬਰੀ ਇਹ ਹੈ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਉਹ ਅੱਜ ਲੇਟੈਸਟ ਕਵਰ ਹੈਗੀ ਆ ਕਿ ਉਹਨਾਂ ਨੇ ਆਪਸ ਵਿੱਚ ਜਿਹੜਾ ਹੈਗਾ ਉਹ ਬਿਲਕੁਲ ਜਿਹੜੀਆਂ ਟਰੈਵਲਸ ਹੈਗੀਆਂ ਉਹ ਖੋਲ ਦਿੱਤੀਆਂ ਤੇ ਹਾਂਗਕਾਂਗ ਦੇ ਕੁਝ ਨਵੇਂ ਆਏ 에ਅਰਲਾਈਨ ਦੇ ਉਹਨਾਂ ਨੇ ਕੁਝ ਇੰਡੀਆ ਜੇ ਉੱਥੋਂ ਹਾਂਗਕਾਂਗ ਤੋਂ ਕਿਸੇ ਨੇ ਇੰਡੀਆ ਜਾਣਾ ਉਹ ਕੁ ਨਵੇਂ ਬੈਨ ਆਏ ਤੇ ਉਹਦੇ ਬਾਰੇ ਸਾਨੂੰ ਪਹਿਲਾਂ ਜਾਣ ਤੋਂ ਪਹਿਲਾਂ ਸਟੱਡੀ ਕਰਨੀ ਪਊਗੀ ਕਈ ਬੰਦੇ ਇੱਥੋਂ ਹਾਂਗਕਾਂਗ ਜਾਂਦੇ ਹਾਂਗਕਾਂਗ ਤੋਂ ਇੰਡੀਆ ਜਾਂਦੇ ਆ ਤੇ ਪਹਿਲਾਂ ਸਟੱਡੀ ਕਰ ਲੈਣ ਕਿ ਕੀ ਨਵੇਂ ਐਮੈਂਡਮੈਂਟ ਉਹਨਾਂ ਨੇ ਕੀਤੀ ਐ 에ਅਰਲਾਈਨਸ ਨੇ ਤੇ ਸਿੱਧੇ ਨਾ ਜਾਣ ਬਿਲਕੁਲ ਵੀ ਰੰਧਾਵਾ ਸਾਹਿਬ ਬ੍ਰਿਟਨ ਦੇ ਪ੍ਰਧਾਨ ਮੰਤਰੀ ਬੋਰਿਸ ਜான்ਸਨ ਦਾ ਦੌਰਾ ਹੋਣਾ ਸੀ ਇੰਡੀਆ ਉਹਦੇ ਬਾਰੇ ਤੁਸੀਂ ਕੀ ਅਪਡੇਟ ਲੈ ਕੇ ਆਏ ਬੋਰਿਸ ਜான்ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਇੰਡੀਆ ਦਾ ਦੌਰਾ ਉਹਨਾਂ ਦਾ ਪਹਿਲਾਂ ਬਣ ਚੁੱਕਾ ਸੀ ਇਸ ਵੇਲੇ ਜਿਹੜੀ ਇੰਡੀਆ ਦੀ ਸਿਚੁਏਸ਼ਨ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ ਜੇ ਕਿ ਆਪਾਂ ਪਹਿਲਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਕੋਵਿਡ ਦਾ ਜਿਹੜਾ ਮਹਾਮਾਰੀ ਆ ਉਹ ਵਰਲਡਵਾਈਡ ਇਸ ਵੇਲੇ ਫੈਲ ਗਈ ਆ ਤੇ ਇਸ ਵळे ਜੇ ਆਪਾਂ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਜਿਹੜਾ ਸ਼ਿਕਾਰ ਆ ਉਹ ਇੰਡੀਆ ਇਸ ਵळे ਨੰਬਰ 1 ਤੇ ਚੱਲ ਰਿਹਾ ਤੇ ਕੋਈ ਸਟੇਟ ਹੀ ਸ਼ਾਇਦ ਇਸ ਤਰ੍ਹਾਂ ਦੀ ਹੋਊਗੀ ਜਿੱਥੇ ਕਿ ਕੋਵਿਡ ਦਾ ਜਿਹੜਾ ਅਸਰ ਦੇਖਣ ਚ ਨਹੀਂ ਮਿਲ ਰਿਹਾ ਈਵਨ ਜੇ ਆਪਾਂ ਗੱਲ ਕਰੀਏ ਕਿ ਪ੍ਰਧਾਨ ਮੰਤਰੀ ਸਾਡੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਹਨਾਂ ਨੂੰ ਵੀ ਅੱਜ ਹਸਪੀਟਲ ਦਾਖਲ ਕਰਵਾਇਆ ਗਿਆ ਤੇ ਉਹ ਦਿੱਲੀ ਦੇ ਏਮਜ਼ ਹਸਪੀਟਲ ਵਿੱਚ ਦਾਖਲ ਆ ਤੇ ਉਹਨਾਂ ਨੂੰ ਵੀ ਕੋਵਿਡ ਹੋ ਚੁੱਕਾ ਉਹ ਪੋਸਟਲ ਸੀਗੇ ਤੇ ਉਹਨਾਂ ਦੀ ਉਮਰ ਵੀ ਐਸ ਵੇ ਅਰਾਊਂਡ 88 99 ਸਾਲ ਤੇ ਐਸ ਉਮਰ ਚ ਜਿਹੜਾ ਕੋਵਿਡ ਆ ਉਹ ਬਹੁਤ ਜ਼ਿਆਦਾ ਅਸਰ ਕਰਦਾ ਇਹ ਬਹੁਤ ਖਤਰਨਾਕ ਇੱਕ ਇੰਡੀਕੇਸ਼ਨ ਹੋਇਆ ਇੱਕ ਜੇ ਕਿਹਾ ਜਾਵੇ ਪ੍ਰਧਾਨ ਮੰਤਰੀ ਨਹੀਂ ਬਚ ਸਕਿਆ ਤੇ ਆਮ ਜਨਤਾ ਦਾ ਉੱਥੇ ਕੀ ਹਾਲ ਆ ਚਾਹੇ ਉਹ ਪੰਜਾਬ ਆ ਚਾਹੇ ਹਰਿਆਣਾ ਚਾਹੇ ਯੂਪੀ ਆ ਮਹਾਰਾਸ਼ਟਰ ਚਾਹੇ ਮੱਧਿਆ ਪ੍ਰਦੇਸ਼ ਆ ਹਰ ਜਗ੍ਹਾ ਇਹ ਐ ਸੋਡੇ ਕੋਵਿਡ ਦਾ ਜਿਹੜਾ ਫੈਸਾਰ ਆ ਉਹ ਬਹੁਤ ਜ਼ਿਆਦਾ ਤੌਰ ਤੇ ਵੱਧ ਗਿਆ ਹੁਣ ਪਿੱਛੇ ਜੇ ਕੋਂਬ ਮੇਲਾ ਸੀਗਾ ਜਿਹੜਾ ਉਹਦੇ ਚ ਲੱਖਾਂ ਲੋਕ ਜਿਹੜੇ ਆ ਉਹ ਯੂਪੀ ਚ ਇਕੱਠੇ ਹੋਏ ਆ ਉਹਨਾਂ ਨੇ ਕਿੱਥੋਂ ਕਿੱਥੋਂ ਆਣ ਕੇ ਇਕੱਠੇ ਹੋਏ ਆ ਤੇ ਕਿੱਥੇ ਫੇਰ ਜਾ ਕੇ ਉਹਨਾਂ ਨੇ ਜਿਹੜਾ ਕਰੋਨਾ ਉਹ ਇਕੱਠੇ ਹੋਣ ਤੋਂ ਬਾਅਦ ਕਈਆਂ ਨੂੰ ਹੋਇਆ ਹੁਣ ਤਾਂ ਫਲਾਉਣਾ ਵੀ ਆ ਉਹਦਾ ਹੱਲੇ ਅਸਰ ਦੇਖਣ ਨੂੰ ਮਿਲਣਾ ਉਸ ਦੇ ਨਾਲ ਨਾਲ ਬੰਗਾਲ ਚ ਜੇ ਦੇਖਿਆ ਜਾਵੇ ਤੇ ਹੁਣ ਇਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਵੱਡੀਆਂ ਵੱਡੀਆਂ ਰੈਲੀਆਂ ਰੈਲੀਆਂ ਜਿਹੜੀਆਂ ਉਹ ਉੱਥੇ ਹੋ ਰਹੀਆਂ ਤੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਖੁਦ ਉੱਥੇ ਗਏ ਆ ਤੇ ਬੜੇ ਖੁਸ਼ੀ ਨਾਲ ਉਹਨਾਂ ਨੇ ਆਪਣੀ ਸਟੇਟਮੈਂਟ ਵੀ ਦਿੱਤੀ ਆ ਕਿ ਜਿਹੜਾ ਜਿਹੜਾ ਉਥੇ ਰੈਲੀਆ ਹੋਈਆਂ ਬੜੀਆਂ ਕਾਮਯਾਬ ਹੋਈਆਂ ਤੇ ਲੋਕਾਂ ਦਾ ਧੰਨਵਾਦ ਕੀਤਾ ਵੀ ਤੁਸੀਂ ਬੜੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਏ ਹੋ ਕਹਿੰਦਾ ਮਤਲਬ ਇਹ ਆ ਵੀ ਕਿ ਜੇ ਪ੍ਰਧਾਨ ਮੰਤਰੀ ਖੁਦ ਇਹ ਕਹਿ ਰਿਹਾ ਵੀ ਤੁਸੀਂ ਇਕੱਠੇ ਹੋਵੋ ਤੇ ਜਦ ਕਿ ਸਾਡਾ ਜਿਹੜਾ WHO ਦਾ ਜਿਹੜਾ ਪਿੱਛੋਂ ਡਾਇਰੈਕਸ਼ਨ ਹੈਗੀ ਜਾਂ ਨਿਰਦੇਸ਼ ਉਹ ਇਹ ਕਹਿੰਦੇ ਆ ਵੀ ਤੁਸੀਂ ਤਾਂ 6 ਫੁੱਟ ਦਾ فاਸਲਾ ਰੱਖੋ ਜਿੱਥੇ ਲੱਖਾਂ ਦੀ ਭੀੜ ਹੋਣੀ ਆ ਉੱਥੇ فاਸਲਾ ਕਿੱਥੋਂ ਆ ਜਾਣਾ ਜਿੱਥੇ ਖੁਦ ਪ੍ਰਧਾਨ ਮੰਤਰੀ ਜਿਹੜਾ ਉਹ ਆਪ ਉਹਨਾਂ ਨੂੰ ਇਨਕਾਰਜ ਕਰੇ ਇਹ ਇਹ ਜਿਹੜਾ ਕੱਟ ਹੋਇਆ ਬਹੁਤ ਵਧੀਆ ਹੋਇਆ ਉਹਨਾਂ ਨੂੰ ਕਹਿਣ ਤੋਂ ਭਾਵੇਂ ਕਿ ਇਲੈਕਸ਼ਨਾਂ ਜਿਆਦਾ ਜ਼ਰੂਰੀ ਹੈ ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ ਉਹਦੀ ਜਿਹੜੀ ਉਹਨਾਂ ਨੂੰ ਮਰਦਾ ਮਰੇ ਜਾਂ ਕੋਈ ਰਹਿੰਦਾ ਰਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਤਾਂ ਇਹ ਵੀ ਸਾਡੀਆਂ ਸਾਡੀਆਂ ਵੋਟਾਂ ਜਿਹੜੀਆਂ ਉਹ ਡੱਬਿਆਂ 'ਚ ਜਿਹੜੀਆਂ ਪੈਕ ਹੋ ਜਾਣ ਤੇ ਉਸ ਕਰਕੇ ਬੜੇ ਦੁੱਖ ਦੀ ਗੱਲ ਹੈ ਬੜੀ ਵੱਡੀ ਤਰਾਸ ਦੀ ਹੈ ਸਾਡੇ ਹਿੰਦੁਸਤਾਨ ਲਈ ਕਿ ਸੈਂਸੀਅਰਲੀ ਕੋਈ ਸਾਡਾ ਜਿਹੜਾ ਲੀਡਰ ਆ ਜਾਂ ਕੋਈ ਸਾਡੀ ਗਵਰਨਮੈਂਟ ਆ ਉਹ ਨਹੀਂ ਇਸ ਬਾਰੇ ਕੰਮ ਕਰ ਰਹੀ ਉਹਨਾਂ ਕਰੋਨਾ ਏਡਾ ਜਿਆਦਾ ਵੱਧ ਗਿਆ ਹਿੰਦੁਸਤਾਨ 'ਚ ਕਿ ਜਿਹੜੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆ ਉਹਨਾਂ ਨੇ ਵੀ ਜਿਹੜਾ ਆਪਣਾ ਜਿਹੜਾ ਇਹ ਦੌਰਾ ਉਹ ਕੈਨਸਲ ਕਰ ਦਿੱਤਾ ਤੇ ਇਹਦੇ ਨਾਲ ਨਾਲ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇੰਡੀਆ ਨੇ ਦਵਾਈ ਜਿਹੜੀ ਵੈਕਸੀਨ ਉਹ ਆਜ਼ਾਦ ਕੀਤੀ ਸੀ ਉਹ ਕਾਫੀ ਉਹਦਾ ਜਿਹੜਾ ਮਟੀਰੀਅਲ ਸੀ ਉਹ ਅਮਰੀਕਾ ਤੋਂ ਗਿਆ ਸੀ ਹਾਲੇ ਆਪਣਾ ਕੰਟਰੀ ਦਾ ਉਹਨਾਂ ਦਾ 135 ਕਰੋੜ ਆਬਾਦੀ ਜਿਹੜੀ ਹੈ ਉਹ ਤਾਂ ਉਹਦੀ ਤਾਂ 1% ਵੀ ਹਲੇ ਕਵਰ ਹੋਈ ਇਹ ਵੰਡਣ ਲੱਗ ਪਏ ਦੁਨੀਆ ਭਰ ਚ ਚਲੋ ਜੀ ਕੈਨੇਡਾ ਵੰਡ ਦੋ 50000 ਫਲਾਣੀ ਥਾਂ 50000 ਦੇ ਦੋ ਲੱਖ ਉੱਥੇ ਦੇ ਦੋ ਇਸ ਤਰ੍ਹਾਂ ਦਾ ਮਤਲਬ ਇਹਨਾਂ ਨੇ ਆਪਣਾ ਦਿਖਾਇਆ ਕਿ ਮੈਂ ਬੜਾ ਦਾਨੀ ਬੰਦਾ ਬੜਾ ਦਾਨੀ ਸੱਜਣ ਤੇ ਉਸ ਕਰਕੇ ਤੇ ਮੈਂ ਬੜਾ ਖਿਆਲ ਰੱਖਦਾ ਵਰਲਡ ਇਹ ਵਰਲਡ ਲੀਡਰ ਬਣਨ ਦੀ ਇਹਨੇ ਪ੍ਰਧਾਨ ਮੰਤਰੀ ਮੋਦੀ ਨੇ ਕੋਸ਼ਿਸ਼ ਕੀਤੀ ਸੀ ਏ ਅਸੀਂ ਸ਼ਾਇਦ ਇਹਦੇ ਨਾਲ ਸਾਡਾ ਜਿਹੜਾ ਸ਼ਾਖਾ ਬੜੀ ਉੱਚੀ ਹੋ ਜਾਏਗੀ ਤੇ ਹੁਣ ਜਦੋਂ ਆਪਣਾ ਮੁਲਕ ਉੱਥੇ ਦਵਾਈ ਹੈਣੀਗੀ ਕਿਸੇ ਨੂੰ ਵੈਕਸੀਨ ਨਹੀਂ ਲੱਗੀ ਤੇ ਸਭ ਤੋਂ ਨੰਬਰ 1 ਤੇ ਚੱਲ ਰਿਹਾ ਬੜੇ ਦੁੱਖ ਦੀ ਗੱਲ ਹੈ ਦੁੱਖ ਤਾਂ ਹੁੰਦਾ ਹੀ ਆ ਜੀ ਆਫਟਰ ਆਲ ਆਪਾਂ ਉੱਥੋਂ ਆਏ ਆਪਣੇ ਇੱਥੇ ਇੰਡੀਆਨਾਪੋਲਿਸ ਸਟੇਟ ਦੇ ਵਿੱਚ ਪਿੱਛੇ ਜੇ ਸ਼ੂਟਿੰਗ ਹੋਈ ਏ ਤੇ ਆਪਣੇ ਭਾਈਚਾਰੇ ਦੇ ਕਈ ਲੋਕੀ ਉੱਥੇ ਮਾਰੇ ਗਏ ਤੇ ਉਹਨਾਂ ਬਾਰੇ ਤੇ ਇਸ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਸਿਮਰ ਇਸ ਤਰ੍ਹਾਂ ਕਿ ਇੰਡੀਆਨਾਪੋਲਿਸ ਚ ਫੈਡਕਸ ਦੇ ਜਿਹੜਾ ਗਰਾਉਂਡ ਫਲੋਰ ਸੀ ਜਿੱਥੋਂ ਸਾਰੀ ਕੰਮ ਹੁੰਦਾ ਸੀ ਡਿਸਟ੍ਰਿਬਿਊਸ਼ਨ ਹੁੰਦੀ ਸੀ ਉੱਥੇ ਇੱਕ ਸਿਰਫਰੇ ਨੇ 19 ਸਾਲ ਦਾ ਇੱਕ ਨੌਜਵਾਨ ਸੀਗਾ ਉਹਨੂੰ ਕਿਤੇ ਜੌਬ ਤੋਂ ਕੱਢ ਦਿੱਤਾ ਸੀ ਕਹਿੰਦੇ ਆ ਉਹਨੇ ਆਣ ਕੇ ਤੇ ਜਿਹੜੀ ਸ਼ੂਟਿੰਗ ਉਹ ਮਾਸ ਸ਼ੂਟਿੰਗ ਕਹਿ ਸਕਦੇ ਇਹਨੂੰ ਵੀ ਉਹ ਕਰ ਦਿੱਤੀ ਜਿਹਦੇ ਵਿੱਚ 8 ਲੋਕ ਜਿਹੜੇ ਸੀਗੇ ਉਹ ਮਾਰੇ ਗਏ ਤੇ ਕੁਝ ਜ਼ਖਮੀ ਵੀ ਹੋਏ ਆ ਬਹੁਤ ਸੀਰੀਅਸ ਜ਼ਖਮੀ ਆ ਉਹਨਾਂ ਦਾ ਵੀ ਹੱਲੇ ਕੋਈ ਫਿਊਚਰ ਦਾ ਨਹੀਂ ਪਤਾ ਅ ਦੁੱਖ ਦੀ ਗੱਲ ਇਹ ਵੀ ਆ ਨਾਲ ਕਿ ਸਾਡੇ 4 ਜਿਹੜੇ ਸਾਡੇ ਸੀਗੇ ਉਹ ਸਾਡੀ ਆਪਣੀ ਕਮਿਊਨਿਟੀ ਚੋਂ ਸੀ ਸਿੱਖ ਕਮਿਊਨਿਟੀ ਚੋਂ ਸੀਗੇ ਜਿਨ੍ਹਾਂ ਵਿੱਚ ਤਿੰਨ ਔਰਤਾਂ ਤੇ ਇੱਕ ਮਰਦ ਜਿਹੜਾ ਉਹ ਸ਼ਾਮਲ ਸੀ ਜਿਨ੍ਹਾਂ ਵਿੱਚ ਅਮਰਜੀਤ ਕੌਰ ਜੋਲ ਸੀ ਦੈਨ ਜਸਵਿੰਦਰ ਕੌਰ ਸੀਗੇ ਫਿਰ ਅਮਰਜੀਤ ਸੇਖੋ ਸੀਗੇ ਲੇਡੀਜ਼ ਸੀਗੀਆਂ ਤੇ ਇਹਨਾਂ ਤੋਂ ਇਲਾਵਾ ਇੱਕ ਜਸਵਿੰਦਰ ਸਿੰਘ ਇਹ ਜੈਂਟਸ ਸੀਗੇ ਚਾਰੇ ਵਿਚਾਰੇ ਮਾਰੇ ਜਾ ਚੁੱਕੇ ਆ ਜਸਵਿੰਦਰ ਸਿੰਘ ਦੀ ਉਮਰ ਜਿਹੜੀ ਸੀਗੀ ਉਹ ਤਕਰੀਬਨ 68 69 ਸਾਲ ਸੀ ਤੇ ਪਤਾ ਲੱਗਿਆ ਕਿ ਉਹ ਘਰੇ ਬੋਰ ਹੁੰਦੇ ਸੀ ਤੇ ਉਹਨਾਂ ਨੇ ਕਿਹਾ ਚਲੋ ਮੈਂ ਜੌਬ ਕਰਨੀ ਆ ਹੱਲੇ ਹੁਣੇ ਜੌਬ ਤੇ ਲੱਗੇ ਸੀ ਨਵੀਂ ਜੌਬ ਸੀ ਉਹਨਾਂ ਦੀ ਤੇ ਇਹ ਵੀ ਪਤਾ ਲੱਗਾ ਕਿ ਉਹਨਾਂ ਨੇ ਹੱਲੇ ਪਹਿਲਾਂ ਚੈੱਕ ਵੀ ਨਹੀਂ ਸਿਲਿਆ ਤੇ ਉਹ ਬੜੀ ਵੱਡੀ ਉਹ ਵੀ ਟ੍ਰਾਈਡੀ ਸੀ ਬੰਦਾ ਕੀ ਸੋਚ ਕੇ ਸ਼ੁਰੂ ਕਰਦਾ ਕੰਮ ਤੇ ਮੌਤ ਕਿੱਥੇ ਜਿਹੜੀ ਉਹ ਖਿੱਚ ਕੇ ਲੈ ਜਾਂਦੀ ਹੈ ਤੇ ਇਹ ਜਿਹੜੀ ਘਟਨਾ ਜਿਹੜੀ ਇਹ ਨੇ ਪੂਰੇ ਅਮਰੀਕਾ 'ਚ ਬੜਾ ਜ਼ਿਆਦਾ ਅਸਰ ਕੀਤਾ ਤੇ ਕਿਉਂਕਿ ਇਹ ਇਹਨਾਂ ਦਿਨਾਂ ਚ ਇਹਨਾਂ ਦਿਨਾਂ ਦੌਰਾਨ ਬਹੁਤ ਸਾਰੀਆਂ ਮਾਸ ਸ਼ੂਟਿੰਗਸ ਹੋਈਆਂ ਥਾਂ ਥਾਂ ਤੇ ਹਰ ਸਟੇਟ ਚ ਕਹਿ ਸਕਦੇ ਆ ਕਿ ਲੋਕ ਮਾਰੇ ਜਾ ਚੁੱਕੇ ਆ ਤੇ ਖਾਸ ਕਰਕੇ ਜਿਹੜਾ ਨਿਸ਼ਾਨਾ ਬਣਾਇਆ ਗਿਆ ਆਫਟਰ ਇਲੈਕਸ਼ਨਸ ਉਹ ਬਣਾਇਆ ਗਿਆ ਸਾਊਥ ਏਸ਼ੀਅਨਸ ਨੂੰ ਸਾਡੇ ਪਹਿਲਾਂ ਚਾਈਨੀਜ਼ ਲੋਕ ਵੀ ਬਹੁਤ ਜ਼ਿਆਦਾ ਜਿਹੜੇ ਆ ਜਾਂ ਹੋਰ ਚਾਈਨੀਜ਼ ਭਾਈਚਾਰੇ ਨਾਲ ਸੰਬੰਧਿਤ ਹੋਰ ਉਹਨਾਂ ਦੀ ਨਸਲ ਦੇ ਜਿਹੜੇ ਲੋਕ ਆ ਉਹ ਵੀ ਬਹੁਤ ਸਾਰੇ ਮਾਰੇ ਜਾ ਚੁੱਕੇ ਆ ਉਹਨਾਂ ਵਿੱਚ ਵੀ ਔਰਤਾਂ ਜਿਹੜੀਆਂ ਸੀਗੀਆਂ ਉਹ ਨਿਸ਼ਾਨਾ ਬਣੀਆਂ ਉਹਦੇ ਬਾਰੇ ਹੱਲੇ ਸਾਡੇ ਰਾਸ਼ਟਰਪਤੀ ਮਿਸਟਰ ਜੋ ਬਾਈਡਨ ਦਾ ਸਟੇਟਮੈਂਟ ਆ ਹੀ ਰਹੀਆਂ ਸੀ ਕਿ ਜਿਹੜੀ ਗਨ ਪਾਲਿਸੀ ਹੈ ਜਿਹੜੀ ਇੱਥੋਂ ਦੀ ਉਹਨੂੰ ਆਪਾਂ ਕੰਟਰੋਲ ਕਰਨਾ ਤੇ ਉਹਦੇ ਕੰਟਰੋਲ ਕਰਨ ਨਾਲ ਹੀ ਜਿਹੜੀ ਮਾਸ ਸ਼ੂਟਿੰਗਸ ਆ ਉਹ ਖਤਮ ਹੋ ਸਕਦੀਆਂ ਜਾਂ ਠੱਲ ਪਾਈ ਜਾ ਸਕਦੀ ਕਿਸੇ ਹੱਦ ਤੱਕ ਤੇ ਉਹਨਾਂ ਨੇ ਸਟੇਟਮੈਂਟ ਇਹ ਦਿੱਤੀ ਸੀ ਕਿ ਜਿਹੜਾ ਇਸ ਬਾਰੇ ਜਿਹੜਾ ਨਵਾਂ ਬਿੱਲ ਉਹ ਜਲਦੀ ਪੇਸ਼ ਕਰਨ ਦੀ ਉਹਨਾਂ ਨੇ ਕਿਹਾ ਸੀਗਾ ਜਿਹੜੇ ਹਾਊਸ ਨੂੰ ਤੇ ਸੈਨੇਟਰ ਨੂੰ ਵੀ ਜਲਦੀ ਲੈ ਕੇ ਆਓ ਬਿੱਲ ਤਾਂ ਕਿ ਇਹਨੂੰ ਆਪਾਂ ਜਿਹੜੀ ਇੱਥੇ ਕਿਉਂਕਿ ਅਸਲਾ ਆਮ ਖਰੀਦਾ ਜਾ ਸਕਦਾ ਅਮਰੀਕਾ 'ਚ ਖਾਸ ਕਰਕੇ ਤੁਸੀਂ ਜਿੰਨਾ ਮਰਜ਼ੀ ਅਸਲਾ ਜਿਹੜਾ ਆਪਣਾ ਲੈ ਸਕਦੇ ਹੋ ਕੋਈ ਖਾਸ ਲਾਇਸੈਂਸ ਦੀ ਕੋਈ ਵੱਡੀ ਫਾਰਮੈਲਿਟੀਆਂ ਨਹੀਂ ਆ ਗਈ ਥੋੜੇ ਜਿਹਾ ਸਵਾਲ ਪੁੱਛੇ ਜਾਂਦੇ ਆ ਉਹ ਲਿਖ ਕੇ ਦੱਸ ਦੇਣੇ ਆ ਵੀ ਕਿਵੇਂ ਸੇਫਟੀ ਦੇ ਰੱਖਣਾ ਤੁਸੀਂ ਕਿਵੇਂ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਦਾ ਪਿਛਲਾ ਜਿਹੜਾ ਰੈਕਡ ਆ ਉਹ ਚੈੱਕ ਹੁੰਦਾ ਜੇ ਕਲੀਨ ਆ ਤਾਂ ਜਿੰਨੇ ਮਰਜ਼ੀ ਅਨਲਿਮਟਿਡ ਤੁਸੀਂ ਜਿਹੜਾ ਅਸਲਾ ਜਿਹੜਾ ਆਪਣੇ ਘਰ ਰੱਖ ਸਕਦੇ ਹੋ ਤੇ ਛੋਟੀ ਉਮਰ ਦੇ ਬੱਚਿਆਂ ਨੂੰ ਕਿੱਦਾਂ ਉਹੀ ਗੱਲ ਹੈ ਨਾ ਜੀ ਇਹ ਕੰਟਰੋਲ ਕਰਨ ਲਈ ਇਹਨਾਂ ਨੇ ਮਤਲਬ ਇਹ ਕਾਨੂੰਨ ਬਣਾਉਣਾ ਵੀ ਜਿਹੜਾ ਉਹਨਾਂ ਨੂੰ ਸਪੈਸ਼ਲ ਕੰਦੇ ਵੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਉਮਰ ਦੀ ਕੋਈ ਹੱਦ ਜਿਹੜੀ ਹੈ ਉਹ ਕਹਿੰਦੇ ਨਿਸ਼ਚਿਤ ਕੀਤੀ ਜਾਊਗੀ ਕਿ ਇਹ ਨਹੀਂ ਹੈਗਾ ਵੀ 18 19 ਸਾਲ ਦਾ ਜਿਹੜਾ ਹੈਗਾ ਹੁਣ ਰਾਈਟ ਨਾ 18 ਸਾਲ ਦਾ ਬੰਦਾ ਜਿਹੜਾ ਹੈਗਾ ਟੀਨ ਏਜਰ ਜਿਹੜਾ ਉਹ ਲੈ ਸਕਦਾ ਪਰ ਜੇ ਆਪਾਂ ਪਿਛੋਕੜ ਤੇ ਝਾਤ ਮਾਰੀਏ ਨਾ ਇਹ ਨਹੀਂ ਹੈਗਾ ਵੀ 18 19 ਸਾਲ ਦੇ ਲੋਕਾਂ ਨੇ ਗੇ ਮਾਸ ਸ਼ੂਟਿੰਗ ਕੀਤੀਆਂ ਜਾਂ ਕਤਲੋਗਾਰਧ ਕੀਤੀ ਆ ਅੱਗੇ ਵੀ ਤਾਂ ਵੱਡੀ ਉਮਰ ਦੇ ਲੋਕਾਂ ਨੇ ਵੀ ਕਿਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਏ ਆ ਜਿਹੜੇ ਵੱਡੀ ਉਮਰ ਦੇ ਵੀ ਸੀਗੇ ਉਮਰ ਵੀ ਕਾਊਂਟ ਕਰਦੀ ਹੈ ਪਰ ਇੰਨੀ ਨਹੀਂ ਪਰ ਫਿਰ ਵੀ ਇਹ ਜਿਹੜਾ ਆਪਾਂ ਇਸ ਘਟਨਾ ਨੂੰ ਲੈ ਕੇ ਚੱਲੀਏ ਤੇ ਇਹਦੇ ਵਿੱਚ ਉਮਰ ਸਭ ਤੋਂ ਪਹਿਲਾਂ ਕਾਊਂਟ ਹੁੰਦੀ ਹੈ ਕਿਉਂਕਿ ਉਹਨੂੰ ਜੌਬ ਤੋਂ ਪਤਾ ਲੱਗਿਆ ਕਿ ਜਵਾਬ ਦੇ ਦਿੱਤਾ ਗਿਆ ਸੀ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਹੋਈ ਸੀ ਤੇ ਉਸ ਕਰਕੇ ਉਹਨੇ ਆਪਣਾ ਬਦਲਾ ਲੈਣ ਲਈ ਜਿਹੜਾ ਇਹ ਸ਼ਰੇਆਮ ਨਿਸ਼ਾਨਾ ਬਣਾਇਆ ਇਹਦੇ ਵਿੱਚ ਗੋਰੇ ਲੋਕ ਵੀ ਮਾਰੇ ਗਏ ਆ ਤੇ ਬੜੀ ਦੁੱਖ ਦੀ ਗੱਲ ਆ ਤੇ ਕੱਲ ਉਹਨਾਂ ਦੇ ਫੈਮਲੀ ਦੀ ਵੀ ਸਟੇਟਮੈਂਟ ਆਈ ਆ ਕਿ ਜਿਹੜਾ ਇਹ ਜਿਹੜਾ ਸਾਡਾ ਬੱਚਾ ਸੀਗਾ ਅਸੀਂ ਆਪਣੇ ਵੱਲੋਂ ਬੜੀ ਇਹਨੂੰ ਇਹਨੂੰ ਵਧੀਆ ਪਾਲਣ ਪੋਸ਼ਣ ਕੀਤਾ ਇਹਨੂੰ ਖੁਸ਼ ਰੱਖਣ ਦੀ ਵੀ ਕੋਸ਼ਿਸ਼ ਕੀਤੀ ਆ ਪਰ ਇੰਨੇ ਸਾਡਾ ਜਿਹੜਾ ਨਾਮ ਉਹ ਖਰਾਬ ਕਰ ਦਿੱਤਾ ਸਾਡੀ ਜਿਹੜੀ ਜ਼ਿੰਦਗੀ ਇੱਕ ਤਰ੍ਹਾਂ ਦੀ ਕਹਿੰਦੇ ਆ ਵੀ ਬਰਬਾਦ ਕਰਕੇ ਰੱਖ ਦਿੱਤੀ ਆ ਉਹਨਾਂ ਨੂੰ ਵੀ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਉਹਨਾਂ ਨੇ ਇੱਕ ਓਪਨ ਪਬਲਿਕਲੀ ਜਿਹੜੀ ਸਟੇਟਮੈਂਟ ਫੈਮਲੀ ਨੇ ਇਹ ਰਿਲੀਜ਼ ਕੀਤੀ ਆ ਕੱਲ ਤੇ ਬੜੀ ਦੁੱਖ ਦੀ ਗੱਲ ਤੇ ਜੇ ਸਿਮਰ ਆਪਾਂ ਇਹ ਗੱਲ ਕਰੀਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਵਿਸਕਨਸਨ ਦੀ ਘਟਨਾ ਸਾਡੇ 6 ਸਿੱਖ ਜਿਹੜੇ ਮਾਰੇ ਗਏ ਸੀਗੇ ਬਲਬੀਰ ਸਿੰਘ ਸੋਢੀ ਜਿਹੜੇ ਫੀਨਿਕਸ ਚ ਸਿੱਖ ਸੀਗੇ ਉਹ ਮਾਰੇ ਗਏ ਹੋਰ ਬਹੁਤ ਸਾਰੇ ਟੈਕਸੀ ਡਰਾਈਵਰਸ ਜਿਹੜੇ ਆ ਉਹ ਸ਼ਿਕਾਰ ਹੋਏ ਆ ਹੇਟ ਕਰਾਈਮ ਚ ਹੋਏ ਹੋ ਸਾਡੇ ਫ੍ਰਿਜਨੋ ਚ ਹੋਏ ਆ ਇੱਥੇ ਸੈਕਰਮੈਂਟੋ ਚ ਸਾਡੇ ਹੈਲਥ ਗਰੂਪ ਜਿਹੜੇ ਸ਼ਹਿਰ ਚ ਆਪਾਂ ਰਹਿੰਦੇ ਆ ਇੱਥੇ ਦੋ ਬਜ਼ੁਰਗ ਜਿਹੜੇ ਆ ਉਹਨਾਂ ਦੀ ਜਿਹੜੀ ਹੱਲੇ ਤੱਕ ਮਿਸਟਰੀ ਬਣੀ ਹੋਈ ਆ ਵੀ ਉਹ ਕਿਸ ਤਰ੍ਹਾਂ ਕਤਲ ਹੋਏ ਆ ਤੇ ਉਹਨਾਂ ਨੂੰ ਭਾਵੇਂ ਹੇਟ ਕਰਾਇਮ ਦੇ ਦਿੱਤਾ ਗਿਆ ਹਾਲੇ ਤੱਕ ਪਰ ਹਾਲੇ ਤੱਕ ਵੀ ਉਹਦਾ ਰਾਜ ਹੈ ਜਿਹੜਾ ਉਹ ਸਾਡੇ ਜਿਹੜੇ ਪੁਲਿਸ ਚੀਫ ਉਹਨਾਂ ਨੇ ਕਿਹਾ ਹੋਇਆ ਕਿ ਤਫਤੀਸ਼ ਹਾਲੇ ਵੀ ਉਹਦੀ ਜਿਹੜੀ ਆ ਉਹ ਜਾਰੀ ਹੈ ਤੇ ਬਹੁਤ ਸਾਰੇ ਘਟਨਾਵਾਂ ਸੈਕੜੇ ਲੋਕ ਜਿਹੜੇ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਨਾਲ 911 ਤੋਂ ਬਾਅਦ ਖਾਸ ਕਰਕੇ ਜਿਹੜੇ ਆ ਉਹ ਆਪਾਂ ਨਿਸ਼ਾਨਾ ਬਣੇ ਆ ਤੇ ਇਹ ਬਹੁਤ ਵੱਡੀ ਇਤਰਾਸ ਦੀ ਹੈ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਗਰੋਪ ਸਿਟੀ ਵਿੱਚ ਵੀ ਇੱਕ ਕੈਂਡਲ ਲਾਈਟ ਜਿਹੜਾ ਵਿਜਲ ਉਹ ਆਪਾਂ ਫਰਾਈਡੇ ਇਵਨਿੰਗ ਨੂੰ ਕਰ ਰਹੇ ਹਾਂ 6 ਵਜੇ ਸਾਡੇ ਮੇਅਰ ਬੋਬੀ ਸਿੰਗਲਨ ਨੇ ਇਹ ਐਲਾਨ ਕੀਤਾ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਉਹ ਕਹਿੰਦੇ ਸੀ ਜਰੂਰ ਹੈ ਤੇ ਉਹਨਾਂ ਨੇ ਸਾਨੂੰ ਫ੍ਰਾਈਡੇ ਦਾ ਜਿਹੜਾ ਦਿਨ ਦਿੱਤਾ ਉਹਦੇ ਵਿੱਚ ਸਿਟੀ ਆਫ ਐਲਗਰੋ ਤੇ ਉਸਦੇ ਨਾਲ-ਨਾਲ ਗੁਰਦੁਆਰਾ ਸਾਹਿਬ ਬਰਾਡਸ਼ਾ ਰੋਡ ਤੇ ਕੁਝ ਹੋਰ ਵੀ ਸੰਸਥਾਵਾਂ ਸਾਡਾ ਡਾਈਵਰਸਿਟੀ ਐਂਡ ਇਨਕਲੂਜਨ ਕਮਿਸ਼ਨ ਜਿਹਦਾ ਮੈਂ ਕਮਿਸ਼ਨਰ ਹਾਂ ਉਹ ਵੀ ਸਾਡੀ ਜਿਹੜੀ ਐਸੋਸੀਏਸ਼ਨ ਹੈ ਉਹ ਵਿੱਚ ਹੋਊਗੀ ਕੁਝ ਹੋਰ ਸੰਸਥਾਵਾਂ ਵੀ ਨਾਲ ਸਾਡੇ ਹੈਗੀਆਂ ਸਾਰਿਆਂ ਨਾਲ ਰਲ ਕੇ ਜਿਹੜਾ ਹੈਗਾ ਉਹ ਅਸੀਂ ਉੱਤੇ ਪਲਾਨ ਕੀਤਾ ਕਿ ਜਿਹੜਾ ਕੈਂਡਲ ਲਾਈਟ ਵਿਜ਼ਨ ਕੀਤਾ ਚਾਹੇ ਉਹ ਸਿੱਖ ਮਰਿਆ ਚਾਹੇ ਗੋਰੇ ਮਰਿਆ ਜਾਂ ਪਹਿਲਾਂ ਵੀ ਜਿਹੜੇ ਕੁਝ ਸਾਊਥ ਏਸ਼ੀਅਨ ਨਸਲਾਂ ਦੇ ਲੋਕ ਮਰੇ ਚਾਈਨੀਜ਼ ਲੋਕ ਜਿਨ੍ਹਾਂ ਨੂੰ ਕਹਿੰਦੇ ਆ ਤੇ ਸਾਰਿਆਂ ਦਾ ਸਾਂਝੇ ਤੌਰ ਤੇ ਅਸੀਂ ਜਿਹੜਾ ਹੈਗਾ ਇਹ ਉੱਥੇ ਪ੍ਰੋਗਰਾਮ ਰੱਖਿਆ ਤੇ ਬੇਨਤੀ ਕਰਦੇ ਆ ਕਿ ਸਾਰੇ ਜਣੇ ਜਿਹੜੇ ਵੀ ਸਾਡੇ ਪ੍ਰੋਗਰਾਮ ਸੁਣਦੇ ਆ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਪਹੁੰਚਣ ਤਾਂ ਕਿ ਆਪਾਂ ਮ੍ਰਿਤਕਾਂ ਨੂੰ ਜਿਹੜੇ ਉਹ ਜਿਹੜੇ ਜਾਨਾਂ ਬੇਮਤਲਬ ਜਵਾਨਾਂ ਆਪਣੀਆਂ ਜਾਨਾਂ ਨਾਲ ਗਵਾ ਚੁੱਕੇ ਆ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਪੇਟ ਕਰ ਸਕੀਏ ਤੇ ਜਿਹੜੇ ਹੇਟ ਕਰਾਇਮ ਆਪਣੇ ਹੁੰਦੇ ਨੇ ਸ਼ੂਟਿੰਗਸ ਮਾਸ ਸ਼ੂਟਿੰਗਸ ਹੁੰਦੀਆਂ ਨੇ ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਉਹ ਮਾਨਸਿਕ ਸਥਿਤੀ ਉਹਦੇ ਚ ਜਿਹੜੇ ਕਰਦੇ ਨੇ ਉਹਨਾਂ ਦਾ ਦੇਖੋ ਇਹਦੇ ਚ ਕਈ ਰੀਜ਼ਨ ਇੱਥੇ ਕਈ ਕਮਿਊਨਲ ਲੋਕ ਆ ਮਾਨਸਿਕ ਸਥਿਤੀ ਵੀ ਇੱਕ ਇੱਕ ਕਾਰਨ ਹੈਗਾ ਕਈ ਰੀਜ਼ਨ ਹੈਗੇ ਜਿਸ ਤਰ੍ਹਾਂ ਹੁਣ ਇਲੈਕਸ਼ਨ ਆਈਆਂ ਤੇ ਇਲੈਕਸ਼ਨਾਂ ਚ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਗੁੱਸਾ ਵੀ ਅਸੀਂ ਹਾਰ ਕਿਉਂ ਗਏ ਉਹ ਬਦਲਾ ਲੈਣ ਦੀ ਵੀ ਕੋਸ਼ਿਸ਼ ਕਰਦੇ ਆ ਇਵਨ ਨੂੰ ਨੇ ਜੇ ਦੇਖਿਆ ਜਾਵੇ 6 ਜਨਵਰੀ ਦੀ ਘਟਨਾ ਜਿਹੜੀ ਸਾਡੇ ਸਾਹਮਣੇ ਆ 6 ਜਨਵਰੀ 2021 ਨੂੰ ਉਹਨਾਂ ਨੇ ਇਵਨ ਕੈਪੀਟਲ ਨੂੰ ਨਹੀਂ ਬਖਸ਼ਿਆ ਤੇ ਉਹਦੇ ਤੇ ਜਿਹੜੀ ਮਾਸ ਸਾਰਿਆਂ ਨੇ ਭੀੜ ਇਕੱਠੀ ਹੋ ਕੇ ਉਹਨਾਂ ਨੇ ਅਟੈਕ ਕਰ ਦਿੱਤਾ ਜਿਹੜੀ ਵਰਲਡ ਦੀ ਜਿਹਨੂੰ ਆਪਾਂ ਕਹਿੰਨੇ ਪਾਵਰ ਅਮਰੀਕਾ ਉਹਦੀ ਕੈਪੀਟਲ ਹੋਵੇ ਤੇ ਆਪਣੇ ਹੀ ਲੋਕ ਜਿਹੜੇ ਆ ਉੱਥੇ ਜੇ ਹਮਲਾ ਕਰ ਦੇਣ ਤੇ ਉਹ ਬੜੀ ਮੰਦਭਾਗੀ ਘਟਨਾ ਉਹ ਸਾਡੇ ਸਾਹਮਣੇ ਦੇਖਣ ਨੂੰ ਮਿਲੀ ਹੈ ਇੱਕ ਹਿਸਟਰੀ ਬਣੀ ਹੈ ਜੇ ਕਹਿ ਸਕਦੇ ਆ ਆਪਣੇ ਦੇਸ਼ ਤੇ ਆਪਣੀ ਕੈਪੀਟਲ ਤੇ ਕਿਸੇ ਨੇ ਹਮਲਾ ਕਰ ਦਿੱਤਾ ਹੋਵੇ ਉਹਦੇ ਵਿੱਚ 5 ਜਾਂ 6 ਜਾਨਾਂ ਜਿਹੜੀਆਂ ਉਹ ਸਾਨੂੰ ਗਵਾਉਣੀਆਂ ਪਈਆਂ ਜਿਹਦੇ ਵਿੱਚ ਇੱਕ ਪੁਲਿਸ ਵਾਲਾ ਵੀ ਸ਼ਾਮਲ ਸੀ ਤੇ ਇਸ ਤਰ੍ਹਾਂ ਦੀ ਘਟਨਾ ਜਿਹੜੀਆਂ ਉਹ ਬੜੀਆਂ ਮੰਦ ਭਾਗੀਆਂ ਹੁੰਦੀਆਂ ਸਾਨੂੰ ਜਿੰਨਾ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਵਿਰੋਧ ਕਰਨਾ ਉਹ ਜ਼ਰੂਰੀ ਆ ਇਹਨਾਂ ਨੂੰ ਕੰਡੈਮਨ ਕਰਨਾ ਚਾਹੀਦਾ ਉਹਨਾਂ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਜਿਹੜੀਆਂ 6 ਜਨਵਰੀ ਤੋਂ ਬਾਅਦ ਹੋਈਆਂ 6 ਜਨਵਰੀ ਨੂੰ ਜਿਹੜੀਆਂ ਹੋਈਆਂ ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਵਿੱਚ ਇਹ ਹੋ ਗਿਆ ਵੀ ਚਲੋ ਉਹ ਤਾਂ ਚਲੋ ਜੋ ਹੋਇਆ ਹੋਇਆ ਹੁਣ ਅਸੀਂ ਆਪਣੇ ਆਪਣੇ ਤੌਰ ਤੇ ਕਰਦੇ ਹਾਂ ਉਸ ਕਰਕੇ ਇਹ ਜਿਹੜੀ ਇਹ ਜਿਹੜੀ ਚੀਜ਼ ਆ ਇਹ ਸਪਰੈਡ ਹੋ ਗਈ ਪੂਰੇ ਅਮਰੀਕਾ ਚ ਤੇ ਥਾਂ ਥਾਂ ਤੇ ਜਿਹੜਾ ਹੈਗਾ ਇਹ ਇਹ ਜਿਹੜੇ ਕਤਲੋਗਾਰ ਦਾ ਉਹ ਹੋਣੇ ਸ਼ੁਰੂ ਹੋ ਗਏ ਆ ਸ਼ਾਇਦ ਹੀ ਕੋਈ ਇਹੋ ਜਿਹਾ ਦਿਨ ਹੋਵੇ ਜਦੋਂ ਕੋਈ ਕਤਲ ਨਾ ਹੋਇਆ ਹੋਵੇ ਤੇ ਐਵਰੀ ਡੇ ਅਸੀਂ ਸੁਣਦੇ ਹਾਂ ਅੱਜ ਤਿੰਨ ਮਰ ਗਏ ਜਾਂ ਚਾਰ ਮਰ ਗਏ ਮਾਸ ਸ਼ੂਟਿੰਗ ਐਵਰੀ ਡੇ ਦੀ ਗੱਲ ਹੋ ਗਈ ਆ ਬਹੁਤ ਮੰਦ ਭੱਗੀ ਏ ਗੱਲ ਖਬਰਾਂ ਤਾਂ ਹੋਰ ਵੀ ਬਹੁਤ ਹਨ ਪਰ ਸਮਾਂ ਜਿਆਦਾ ਨਹੀਂ ਦਿੰਦਾ ਅਗਲੇ ਪ੍ਰੋਗਰਾਮ ਚ ਫੇਰ ਲੈ ਕੇ ਹਾਜ਼ਰ ਹੋਵਾਂਗੇ ਖਬਰਾਂ ਤੇ ਉਦੇ ਨਾਲ ਨਾਲ ਇਮੀਗ੍ਰੇਸ਼ਨ ਦੇ ਨਵੀਂ ਜੋ ਵੀ ਜਾਣਕਾਰੀ ਹੋਏਗੀ ਉਹ ਅਸੀਂ ਸ਼ਾਮਿਲ ਕਰਾਂਗੇ ਰਿੰਦਾਵ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼ਕਾ ਸਤਿ ਸ਼ਕਾ ਜੀ